ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਖੁਲਾਸਾ ਕੀਤਾ ਸੀ ਕਿ 115 ਭਾਰਤੀ ਅਤੇ ਬੰਗਲਾਦੇਸ਼ੀ ਪ੍ਰਵਾਸੀ ਮਜ਼ਦੂਰਾਂ ਦੇ ਇਲਾਜ ਲਈ ਜਾਂਚ ਸ਼ੁਰੂ ਕੀਤੀ ਗਈ ਸੀ ਜੋ ਕਿ ਭੀੜ ਭੜੱਕੇ ਵਾਲੇ ਘਰਾਂ ਦੇ ਵਿੱਚ ਰਹਿ ਰਹੇ ਸਨ ਅਤੇ ਨੌਕਰੀ ਤੋਂ ਵਾਂਝੇ ਸਨ। ਇਹ ਪਿਛਲੇ ਐਤਵਾਰ ਨੂੰ ਪਾਪਾਗੋਰਾ ਦੀ ਦੱਖਣੀ ਆਕਲੈਂਡ ਉਪਨਗਰ ਵਿੱਚ 3 ਬੈੱਡਰੂਮ ਵਾਲੇ ਘਰ ਦੇ ਅੰਦਰ 40 ਆਦਮੀਆਂ ਨੂੰ ਤੰਗ ਅਤੇ ਭੁੱਖੇ ਪਾਏ ਜਾਣ ਤੋਂ ਬਾਅਦ ਹੋਇਆ ਹੈ। ਦ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲਾਇਮੈਂਟ ਨੇ ਕਿਹਾ ਹੈ ਕਿ ਜਾਂਚ ਦੀ ਅਗਵਾਈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਪਾਲਣਾ ਟੀਮ ਦੁਆਰਾ ਕੀਤੀ ਗਈ ਹੈ। MBIA ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਕਰਮਚਾਰੀਆਂ ਨਾਲ ਗੱਲ ਕੀਤੀ ਸੀ ਜੋ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਦੇ ਵਰਕ ਵੀਜ਼ਾ ਤੇ ਪਹੁੰਚੇ ਸਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਲਈ ਕਾਫੀ ਪੈਸੇ ਅਦਾ ਕੀਤੇ ਹਨ, ਹਾਲਾਂਕਿ ਉਹ ਤਨਖਾਹ ਵਾਲੇ ਕੰਮ ਲਈ ਮਹੀਨਿਆਂ ਤੋਂ ਉਡੀਕ ਕਰ ਰਹੇ ਸਨ। ਮੰਤਰਾਲੇ ਨੇ ਕਿਹਾ ਹੈ ਕਿ ਪ੍ਰਭਾਵਿਤ ਕਾਮੇ ਆਕਲੈਂਡ ਪਰ ਦੇ ਵਿੱਚ 6 ਘਰਾਂ ਦੇ ਵਿੱਚ ਭੀੜ ਭੜੱਕੇ ਅਤੇ ਅਸਥਿਰ ਹਾਲਤ ਦੇ ਵਿੱਚ ਰਹਿ ਰਹੇ ਸਨ। ਇਸ ਸਾਲ ਦੇ ਸ਼ੁਰੂ ਦੇ ਵਿੱਚ ਇਹ ਰਿਪੋਰਟ ਕੀਤੀ ਗਈ ਸੀ ਕਿ ਘੱਟੋ ਘੱਟ 100 ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਮਾਲਕਾਂ ਦੁਆਰਾ ਉਹਨਾਂ ਦੇ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਿਆਂ ਲਈ ਆਫਸ਼ੋਰ ਏਜੰਟਾਂ ਨੂੰ ਹਜ਼ਾਰਾਂ ਡਾਲਰ ਦਾ ਭੁਗਤਾਨ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਸਮੇਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇਹ ਵੀ ਕਿਹਾ ਸੀ ਕਿ ਦਰਜਨਾਂ ਕੰਪਨੀਆਂ ਦੀ ਜਾਂਚ ਚੱਲ ਰਹੀ ਹੈ। ਇਹਨਾਂ ਸਾਰੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਇਮੀਗ੍ਰੇਸ਼ਨ ਮਿਨਿਸਟਰ ਐਂਡਰਿਊ ਲਿਟਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਐਕਰੀਡੇਟਡ ਐਮਪਲੋਇਰ ਵਰਕ ਵੀਜ਼ਾ ਸ਼੍ਰੇਣੀ ਦਾ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਰਿਵਿਊ ਕੀਤਾ ਜਾਵੇਗਾ। ਪ੍ਰੈਸ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਗੁੰਮਨਾਮ ਚਿੱਠੀ ਮਿਲੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਐਮਪਲੋਇਰ ਵੱਲੋਂ ਕੀਤੇ ਜਾ ਰਹੇ ਲੋੜੀਂਦੇ ਤੱਥਾਂ ਦੀ ਪੁਸ਼ਟੀ ਠੀਕ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ। ਚਿੱਠੀ ਵਿੱਚ ਜੌਬ ਚੈੱਕ ਲਈ ਜ਼ਰੂਰੀ ਤੱਤਾਂ ਦੀ ਪੁਸ਼ਟੀ ਵੀ ਠੀਕ ਢੰਗ ਨਾਲ ਨਾ ਕਰਨ ਦੀ ਗੱਲ ਆਖੀ ਗਈ ਹੈ। ਉਹਨਾਂ ਦੱਸਿਆ ਹੈ ਕਿ ਇਸ ਵੀਜ਼ਾ ਸ਼੍ਰੇਣੀ ਦੇ ਵਿੱਚ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਾਂ ਨੂੰ ਪ੍ਰਮਾਣਿਕਤਾ ਲਈ ਸਹੀ ਅਤੇ ਨਿਯਮਬੱਧ ਢੰਗ ਨਾਲ ਅਪਣਾਇਆ ਜਾਂਦਾ ਹੈ ਜਾਂ ਨਹੀਂ, ਉਸ ਦੀ ਜਾਂਚ ਇਸ ਰਿਵਿਊ ਦੇ ਵਿੱਚ ਹੋਵੇਗੀ। ਉਹਨਾਂ ਨੇ ਕਿਹਾ ਹੈ ਕਿ MPOs ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਐਕਰੀਡੇਸ਼ਨ ਵਾਸਤੇ ਜਿਸ ਬਿਜ਼ਨਸ ਨੇ ਅਪਲਾਈ ਕੀਤਾ ਹੈ ਉਸ ਨੂੰ ਸੱਚਮੁੱਚ ਕਰਮਚਾਰੀਆਂ ਦੀ ਜ਼ਰੂਰਤ ਹੈ ਜਾਂ ਨਹੀਂ। ਇਸ ਰਿਵਿਊ ਦੇ ਨਤੀਜੇ ਪਬਲਿਕ ਸਰਵਿਸ ਕਮਿਸ਼ਨ ਵੱਲੋਂ 1 ਹਫ਼ਤੇ ਦੇ ਅੰਦਰ ਪੇਸ਼ ਕੀਤੇ ਜਾਣਗੇ। ਬਿਊਰੋ ਰਿਪੋਰਟ, NZ, ਪੰਜਾਬੀ ਨਿਊਜ਼।